तेनू दिता ना थाने ते दो पौले लगे तेन लग समझ जानी है सारा तेरा सोशल वर्क ना इंज बाहर आ जाना है। इस अलावा तुसी की कर सकते हो थाने सानू दे सकते हो असीं तुहाडे कोल इक अपना एक जायज मसला लै के आए तो तुसी हल करन दी बजाय सानू थाने दी धमकियां दे रहे हो। ठीक है सर दिओ तुसी थाने, लेकिन एक गल याद रखना असी भी हुण चुप नहीं बवांगे, असीं तुहाडे खिलाफ भी दरखास्त देंगे और उस तो इलावा मीडिया में जाके शोर पावांगे। ਉਹ ਮਲਕ ਸਾਹਿਬ ਤੁਸੀਂ ਪਰੇਸ਼ਾਨ ਨਾ ਹੋਵੋ, ਗਲੀਆਂ ਤਾਂ ਤੁਹਾਡੀਆਂ ਹੀ ਬਣਨੀਆਂ ਨੇ ਕਿਉਂਕਿ ਤੁਸੀਂ ਸਾਡੇ ਸਪੋਰਟਰ ਹੋ, ਤੁਸੀਂ ਸਾਨੂੰ ਵੋਟ ਦਿੱਤਾ, ਸਾਨੂੰ ਕੌਂਸਲਰ ਉਹਨੇ ਬਣਾਇਆ। ਓਏ ਯਾਰ ਤੇਰੇ ਘਰ ਦੇ ਬਾਹਰ ਜਿਹੜੀ ਰੂੜੀ ਪਈ ਹੈ ਨਾ ਉਹਦੀ ਵਜ੍ਹਾ ਤੂੰ ਬੜੀ ਬੋਆ ਆ ਗਈ ਤੇ ਚਾਹ ਮੈਂ ਨਹੀਂ ਪੀਣੀ, ਚੱਲ ਬਾਹਰ ਜਾ ਕੇ ਪੀ। ਨਹੀਂ ਹੁਣ ਤੂੰ ਤੇਰੇ ਬੇਟੇ ਨੇ ਗੰਦ ਟੁੱਟਿਆ ਨਾ ਤੇ ਬੜਾ ਕੰਮ ਖਰਾਬ ਆ। ਚੱਲ ਰੇ ਜਾ 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 ਕੰਮ ਕਰਦੇ ਹੈ, ਚੱਲ ਰੇ ਬਾਤ ਕਰੇ ਆ ਮੇਰੇ ਨਾਲ। ਚੱਲ ਚੱਲ ਜਾ ਜਾ ਕੀ ਪਾ ਕੇ ਗਾ, ਮੈਂ ਤੈਨੂੰ ਕਿਹਾ ਸੀ ਗੰਦ ਨਹੀਂ ਸੁਣਨਾ ਹੈਗਾ। ਆਪਣੀ ਸੋਹਣੀ ਦਾਵਤ ਹੈ ਹੋਰ ਮੈਂ ਚਾਹੁੰਦਾ ਵੀ ਹੁਣ ਵੀ ਜਦੋਂ ਵੋਟੀਆਂ ਪਵਾਂ ਹੁਣ ਵੀ ਮੈਂਟਲ ਸਮਝ ਨਹੀਂ ਆਉਂਦੀ। ਪਹਿਲੇ ਸੜਕ ਬਣਾਉਂਦੇ ਨੇ, 6 ਮਹੀਨੇ ਬਾਅਦ ਯਾਦ ਆਉਂਦਾ ਇਹਦੇ ਥੱਲੇ ਗਟਰ ਬਣਾਉਣੇ ਨੇ, ਫਿਰ ਸੜਕ ਤੋੜਦੇ ਨੇ ਫਿਰ ਗਟਰ ਬਣਾਉਂਦੇ ਨੇ, ਇਹ ਸਾਰਾ ਪੈਸਾ ਤੇ ਉੱਥੇ ਲਾ ਦਿੰਦੇ। ਕੌਂਸਲਰ ਸਾਹਿਬ ਮੇਰਾ ਮਕਸਦ ਪਰਚਾ ਦੇਣਾ ਨਹੀਂ ਹੈ ਤੇ ਨਾ ਹੀ ਮੈਂ ਉਹਨਾਂ ਦੇ ਪਰਚਾ ਦੇਣਾ ਚਾਹੁੰਦਾ। ਲੇਕਿਨ ਸਰ ਜੀ ਅਲਟੀਮੇਟਲੀ ਪਬਲਿਕ ਦੇ ਕੰਮ ਤੇ ਅਸੀਂ ਕਰਨਾ ਜੀ। ਸੋਚ ਤੇ ਤੁਸੀਂ ਰਹੇ ਹੋ ਕੌਂਸਲਰ ਸਾਹਿਬ, ਜਦੋਂ ਤੁਸੀਂ ਵੋਟ ਲੈਣੇ ਹੁੰਦੇ ਨੇ ਤੇ ਪਿੱਛੇ ਪਿੱਛੇ ਸਾਡੇ ਹੁੰਦੇ, ਵੋਟ ਲੈਣ ਵਾਸਤੇ ਅੱਧੀ ਅੱਧੀ ਰਾਤੀ ਬੂਹੇ ਖੜਕਾਉਂਦੇ ਹੋ। ਜੇ ਹੁਣ ਅਸੀਂ ਤੁਹਾਡੇ ਕੋਲ ਆ ਜਾਂਦੇ ਹਾਂ ਕੰਮ ਵਾਸਤੇ ਕਿ ਸਾਡੇ ਤੁਸੀਂ ਕੰਮ ਕਰੋ ਤੇ ਤੁਸੀਂ ਸਾਨੂੰ ਲਾਰਿਆਂ ਤੇ ਲਾ ਰਹੇ, ਲਾਰਿਆਂ ਤੇ ਲਾ ਰਹੇ। ਓ ਹੈਲੋ ਕੀ ਬਾਤ ਆ ਭਾਈ, ਮੈਂ ਜੋ ਤੈਨੂੰ ਕਿਹਾ ਸੀ ਗੰਦ ਨਹੀਂ ਇੱਥੇ ਸੁੱਟਣਾ, ਇੱਕ ਵਾਰੀ ਮਨਾ ਨਹੀਂ ਕੀਤਾ ਤੈਨੂੰ? ਉਹ ਤਾਂ 10 ਵਾਰ ਮਨਾ ਕਰ ਮੰਨੇ ਯੂੰ ਹੀ ਫੈਂਕਣਾ ਬਸ।